ਕਿੰਨੇ ਪਰਿਵਾਰ ਮੈਂਬਰ ਜਿਹੜੇ ਹੈਗੇ ਜੀ ਉੱਥੇ ਮਾਰੇ ਜਾਂਦੇ ਨੇ ਜੀ? 8 ਜੀ ਜਮਰੇ ਸਾਡੇ 8 ਜੀ ਜੀ ਕੌਣ ਕੌਣ ਸੀਗੇ ਜੀ? ਅਦਾ 4 ਤਾਂ ਮੇਰੇ ਘਰ ਦੇ ਸੀ, ਮੇਰਾ ਪਿਓ ਭਾਈ ਅੱਛਾ ਜੀ, ਨਣ ਦਾ ਮੁੰਡਾ ਇੱਕ ਮਾਮਾ। ਤੁਸੀਂ ਨਹੀਂ ਦੇਖਿਆ ਨਾ ਪਿਓ ਨਾ ਭਾਈ ਨਾ ਭੈਣ ਭਾਈ, ਕੋਈ ਨਹੀਂ ਦੇਖਿਆ ਇਹਨੂੰ, ਇੰਨਾ ਬਰਾ ਕਿਵੇਂ ਦੇ ਭੈਣ ਭਾਈ। ਕਿੰਨੀ ਉਮਰ ਸੀ ਜੀ ਤੁਹਾਡੀ ਉਦੋਂ? 1.5 ਸਾਲ ਦੀ। ਦਰਬਾਰ ਸਾਹਿਬ ਨਹੀਂ ਜਾਂਦੇ ਤੁਸੀਂ? ਨਾ, ਇੱਥੇ ਉੱਥੇ ਜਿੱਥੇ ਮੁੱਕੇ ਨੇ। ਹਾਂਜੀ, ਹਾਏ ਹਾਏ, ਮੈਂ ਨਾਮ ਨਹੀਂ ਲੈਂਦੀ। ਆਉਂਦੇ ਬਥੇਰੇ ਆ, 4-4, 5-5 ਐਂਡ ਬਣ ਕੇ ਟੋਲੀਆਂ ਆਉਂਦੀਆਂ ਨੇ। ਗੁੱਸਾ ਚੜ੍ਹਦਾ ਜੱਗੇ ਦੀ ਆਖਤ, ਫਿਰ ਵੀ ਦੁਖੀ ਕਰਦੇ ਨੇ। ਮਨ ਪਤਾ ਕਿੰਨਾ ਔਖਾ ਹੁੰਦਾ ਵੀਰੇ, ਜੇ ਤੁਸੀਂ ਆਏ ਆ ਕੇ ਪੁੱਛਦੇ ਹੋ। ਗੱਲਾਂ ਬਹੁਤ ਨੇ ਪਰ ਮਾਤਾ ਜੀ ਉਸ ਸਥਿਤੀ 'ਚ ਨਹੀਂ ਨੇ, ਭੈਣ ਵੀ ਸਾਡੇ ਜਿਹੜੇ ਹੈਗੇ ਆ। ਮੈਂ ਹੋਰ ਇਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਬਸ ਸਿਰਫ ਗਵਾਹ ਦੇ ਤੌਰ 'ਤੇ ਉਹ ਇਹਨਾਂ ਲੋਕਾਂ ਨਾਲ ਤੁਹਾਨੂੰ ਮਿਲਾਉਣ ਆਇਆ ਸੀ। ਮਾਤਾ ਜੀ ਦੇ 8 ਮੈਂਬਰ ਦੀ ਮੌਤ ਹੁੰਦੀ ਹੈ ਜੀ? 8 ਜਣੇ ਜੀ, 4 ਆਪਣੇ ਪਰਿਵਾਰ ਦੇ ਜੀ, 4 ਮਾਤਾ ਜੀ। ਹਾਂਜੀ, ਬਹੁਤ ਔਖਾ ਹੈ ਦੋਸਤੋ ਬਿਆਨ ਕਰਨਾ, ਇਹਨਾਂ ਤੋਂ ਸਵਾਲ ਪੁੱਛਣੇ ਬਹੁਤ ਔਖੇ ਨੇ। ਇਹਨਾਂ ਦੇ ਜ਼ਖਮਾਂ ਨੂੰ ਹਰੇ ਕਰਨ ਦਾ ਮਤਲਬ ਕਿਸੇ ਜ਼ਖਮ ਦੇ ਉੱਤੇ ਲੱਗੇ ਟਾਂਕਿਆਂ ਨੂੰ ਖੋਲ੍ਹ ਦੇਣ ਦੇ ਬਰਾਬਰ ਹੈ, ਅਤੇ ਪਾਪ ਨਹੀਂ ਕਰ ਸਕਦੇ। ਜੂਨ ਦਾ ਮਹੀਨਾ ਸੰਨ 1984, ਇਹ ਦਰਦ। ਜੂਨ ਤਾਂ ਵੈਸੇ ਵੀ ਬਹੁਤ ਤਪਸ਼ ਵਾਲਾ ਹੁੰਦਾ ਹੈ, ਅਤੇ ਪਰ ਕੁਝ ਅਜਿਹਾ ਵਾਪਰਦਾ ਕਿ ਇਹ ਹੋਰ ਵੀ ਸੀਨਿਆਂ ਨੂੰ ਤਾਪ ਚੜ੍ਹਦਾ ਹੈ, ਦਿਮਾਗ ਗਰਮ ਹੋ ਜਾਂਦੇ ਨੇ ਜਦੋਂ ਹਕੂਮਤ ਦੀਆਂ ਉਹਨਾਂ ਕੋਝੀਆਂ ਚਾਲਾਂ ਨੂੰ ਸੁਣੀਦਾ ਹੈ, ਅਤੇ ਉਹਨਾਂ ਲੋਕਾਂ ਦੇ ਨਾਲ ਜਦੋਂ ਅਸੀਂ ਬੈਠ ਜਾਂਦੇ ਹਾਂ ਅਤੇ ਉਹ ਜਦੋਂ ਆਪਣੀ ਉਦਾਸਤਾਂ ਸੁਣਾਉਂਦੇ ਹਾਂ। ਜੋ ਬਲਿਊ ਸਟਾਰ ਓਪਰੇਸ਼ਨ ਵੇਲੇ ਹੋਈ, ਇੱਕ ਆਹਮੋ ਸਾਹਮਣੇ ਫੌਜ ਦੇ ਨਾਲ ਸਿੰਘਾਂ ਦੇ ਵਿਚਕਾਰ ਜੋ ਟਾਕਰਾ ਹੁੰਦਾ ਹੈ ਉਹ ਵੱਖਰੀ ਗੱਲ ਹੈ, ਪਰ ਬੇਕਸੂਰ ਲੋਕਾਂ ਨੇ ਜਿਹੜੀਆਂ ਜਾਨਾਂ ਗਵਾਈਆਂ, ਉਹ ਲੋਕ ਉਸ ਵੇਲੇ ਜਿਹੜੇ ਮੌਜੂਦ ਸੀ ਉੱਥੇ, ਜਿਨ੍ਹਾਂ ਦੇ ਆਪਣੇ ਚਲੇ ਗਏ ਅਤੇ ਅੱਜ ਉਹ ਜਿਉਂਦੇ ਨੇ, ਸ਼ਾਇਦ ਉਹ ਪਰਮਾਤਮਾ ਨੂੰ ਇਹ ਕਹਿੰਦੇ ਹੋਣੇ ਆ ਵੀ ਜਾਂ ਤਾਂ ਸਾਨੂੰ ਵੀ ਉਸ ਵੇਲੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਜਾਂ ਫਿਰ ਸਾਡੇ ਆਪਣੇ ਬਚ ਜਾਂਦੇ। ਅਤੇ ਉਹਨਾਂ ਹੀ ਚਸ਼ਮਦੀਦਾਂ ਵਿੱਚੋਂ ਇੱਕ ਮਾਤਾ ਜੀ ਦੀ ਗੱਲ ਆਉਂਦੀ ਹੈ, ਜ਼ਿਕਰ ਕੀਤਾ ਸੀ ਸਰਦਾਰ ਜੱਗਾ ਸਿੰਘ ਜੀ ਦੇ ਨਾਲ, ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਤੋਂ ਅਸੀਂ ਮੁਲਾਕਾਤ ਤੁਹਾਨੂੰ ਵਿਖਾਈ ਸੀ, ਅਤੇ ਉਸਦੇ ਵਿੱਚ ਮਾਤਾ ਹਰਬੰਸ ਕੌਰ ਜੀ ਦਾ ਜ਼ਿਕਰ ਕੀਤਾ ਸੀ, ਜਿਹੜੇ ਆਪਣਾ ਟਰੱਕ ਲੈ ਕੇ ਚਾਈ ਚਾਈ ਖੁਸ਼ੀ ਖੁਸ਼ੀ ਗੁਰੂ ਕੀ ਨਗਰੀ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ, ਗੁਰੂ ਦੇ ਸ਼ੁਕਰਾਨੇ ਲਈ ਜਾਂਦੇ ਨੇ। ਪਰ ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹ ਜੋ ਸਮੇਂ ਦੇ ਵਿੱਚ ਉਹ ਜਾਂਦੇ ਨੇ ਵੀ ਉਹ ਸਮਾਂ ਉਹਨਾਂ 'ਤੇ ਭਾਰੂ ਪੈਣ ਵਾਲਾ, ਭਿਆਨਕ ਹੋਣ ਵਾਲਾ। ਮਾਤਾ ਜੀ ਸਾਡੇ ਨਾਲ ਨੇ, ਮਾਤਾ ਹਰਬੰਸ ਕੌਰ ਜੀ ਗੱਲਬਾਤ ਕਰਦੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਰਾ, ਠੀਕ ਹੋ ਜੀ? ਠੀਕ ਆ ਮੇਰਾ। ਮਾਤਾ ਜੀ ਮੈਂ ਤੁਹਾਡੇ ਤੋਂ ਵੀ ਮੁਆਫ਼ੀ ਮੰਗ ਕੇ ਮੁਲਾਕਾਤ ਸ਼ੁਰੂ ਕਰਨ ਲੱਗਿਆ, ਕਿਉਂਕਿ ਉਹ ਦਰਦ ਬਹੁਤ ਜ਼ਿਆਦਾ ਭਾਵੁਕ ਪਲ ਨੇ। ਉਹ ਦਰਦ ਤੁਸੀਂ ਜਾਣਦੇ ਹੋ, ਸਾਨੂੰ ਤਾਂ ਦਰਦ ਹੈ ਪਰ ਜੋ ਤੁਹਾਡੇ ਅੰਦਰ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਕੀ ਕਰਿਆ ਜਾਣਾ ਵੀਰਾ, ਬਸ ਬੈਠਿਆਂ 2 ਵਜੇ ਕੱਟਦੀਆਂ ਸੀ ਤਾਂ ਜਿੰਨੇ ਦੇ ਮੁੱਕ ਗਏ, ਸਾਡੀ ਕਿ ਜਿਉਣ ਤਾਂ ਨਹੀਂ ਹੈ ਸਾਡਾ ਮਾਵਾਂ ਧੀਆਂ ਦਾ, ਫਿਰ ਕਰੀਏ ਵੀ ਕੀ, ਫਿਰ ਮਰਿਆ ਨਹੀਂ ਜਾਂਦਾ ਆਪ ਤੋਂ। ਕਦੋਂ ਉਦੋਂ ਤੁਸੀਂ 3 ਤਰੀਕ ਨੂੰ ਟਰੱਕ ਲੈ ਕੇ ਜਾਂਦੇ ਹੋ ਸਾਰੇ ਜਣੇ, ਤੁਹਾਡੇ ਕਿੰਨੇ ਕਿੰਨੇ ਕੁ ਮੈਂਬਰ ਸੀਗੇ ਜੀ ਤੁਹਾਡੇ ਆਪਣੇ? 4-5 ਤਾਂ ਅਸੀਂ ਸੀਗੇ ਘਰ ਦੇ। ਹਾਂਜੀ, ਫਿਰ ਸਾਡੀਆਂ ਰਿਸ਼ਤੇਦਾਰੀਆਂ ਵਾਲੇ ਸੀਗੇ ਜੀ, ਮੇਰੀਆਂ ਨਣਦਾਂ ਸੀ, ਮੇਰਾ ਪਿਓ ਭਾਈ ਜੀ, ਦਰਾਣੀਆਂ ਜਠਾਣੀਆਂ ਸੀ ਜੀ ਜੀ, ਸਾਰਾ ਟੱਬਰ ਹੀ ਸੀ ਬਸ। ਅਤੇ ਤੁਸੀਂ ਜਦੋਂ ਉੱਥੇ ਪਹੁੰਚ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਗੋਲੀਬਾਰੀ ਦਾ, ਤਾਂ ਵਾਪਸ ਆਉਣ ਦੇ ਸੋਚਿਆ? ਹਾਂ, ਮੈਨੂੰ ਨਹੀਂ ਵੀਰਾ ਪਤਾ ਕੁਛ ਲੱਗਿਆ, ਤਾਂ ਕਦੇ ਗਈ ਨਹੀਂ ਸੀ ਵੀਰਾ ਉੱਥੇ। ਅੱਛਾ ਜੀ,
ਕਿਹੜਾ ਬੰਦਾ ਗਿਆ ਨਹੀਂ ਉਹਨੂੰ ਕੀ ਪਤਾ ਕਿੱਥੇ ਗਿਆ, ਕਿੱਥੇ ਕਿਹੜੀ ਜਗ੍ਹਾ ਕਿਹੜਾ ਕੀ ਆ ਉਹ ਪਤਾ ਨਹੀਂ ਲੱਗਦਾ। ਉਹ ਤਾਂ ਗਈ ਉੱਦਾਂ ਹੀ ਸੀ, ਉਹ ਆਪ ਵੀ ਉੱਦਾਂ ਹੀ ਗਿਆ ਸੀ ਭਾਈ। ਅੱਛਾ ਜੀ। ਜੇ ਦੋਨਾਂ ਨੇ ਦੇਖਿਆ ਨਹੀਂ ਸੀ ਵੀ ਕਿੱਥੇ ਖਾਏਗਾ ਕਿੱਥੇ ਗਣਾ। ਜਿਹਦੇ ਸਾਡੇ ਦੇ ਕਾਹ ਕੁਛ ਹੋਣਾ ਸੀ ਉਦੋਂ ਭਾਈ ਬਾਗੇ ਮਾੜੇ ਕਰਮਾਂ ਨਾਲ। ਫਿਰ ਉੱਥੇ ਕੀ ਕੁਝ ਵਾਪਰਦਾ ਦੇਖਿਆ ਜੀ ਤੁਸੀਂ? ਵਾਪਰਦਾ ਕੀ ਦੇਖਣਾ ਭਾਈ, ਅਸੀਂ ਉੱਥੇ ਗੋਲੀਆਂ ਚੱਲਦੀਆਂ ਦੇਖ ਲਈਆਂ, ਬੈਠਿਆਂ ਲੁਕ ਲੁਕ ਕੇ ਕੱਟੇ ਜਿਹੜੇ ਚਾਰ ਦਿਨ ਚੌਥੇ ਦਿਨ ਮਕਾਏ ਨੇ ਇਹ। ਅੱਛਾ ਜੀ। ਉਹਦੇ ਸਾਨੂੰ ਕੱਢ ਕੱਢ ਜੇਲ੍ਹਾਂ 'ਚ ਸਿੱਟਤਾ। ਤੁਸੀਂ ਵੀ ਜੇਲ੍ਹ ਜਾਂਦੇ ਹੋ? ਜੇਲ੍ਹ ਹਾਂ, ਮਹੀਨਾ ਕੱਟੀ ਆ ਮੈਂ ਜੇਲ੍ਹ, ਅੱਜ ਅੱਗੇ ਨਹੀਂ ਤਿੰਨ ਕੱਟੀਆਂ ਨੇ। ਅਤੇ ਜੇਲ੍ਹ ਦੇ ਵਿੱਚ ਤੁਹਾਡੇ ਨਾਲ ਕੋਈ ਤਸ਼ੱਦਦ ਜਾਂ ਕੋਈ? ਨਾ, ਕੁਛ ਨਹੀਂ ਕਿਸੇ ਨੇ ਆਖਿਆ ਭਾਈ ਸਾਨੂੰ ਜੇਲ੍ਹ 'ਚ ਤਾਂ। ਕਦੇ ਇੱਕ ਦੂਜੇ ਸਭ ਫੇਰ ਛੱਡ ਦਿੰਦੇ, ਫਿਰ ਸਾਨੂੰ ਸੰਗਰੂਰ ਲਿਆਂਦਾ, ਫਿਰ ਸਾਨੂੰ ਦੂਜੇ ਦਿਨ ਇੱਥੇ ਪਿੰਡ ਛੱਡ ਕੇ ਗਏ ਨੇ ਮਹੀਨੇ ਪਿੱਛੋਂ। ਮਾਤਾ ਜੀ, 36 ਸਾਲ ਦੇ ਤਕਰੀਬਨ ਇਹ ਸਮਾਂ ਵਾਪਰ ਚੁੱਕਿਆ। ਹਰ ਵਾਰ ਸਰਕਾਰਾਂ ਇਹਦੇ ਪਰ ਤੁਹਾਡੇ ਲਈ ਐਲਾਨ ਹੁੰਦੇ ਵੀ ਜਿਹੜੇ ਪੀੜਤ ਸੀ ਉੱਥੇ ਉਹਨਾਂ ਲਈ ਆਹ ਕਰਾਂਗੇ, ਅਤੇ ਇਹਨਾਂ ਦੇ ਬਿਆਨ ਕਿਵੇਂ ਦੇ ਲੱਗਣ ਲੱਗ ਗਏ ਹੁਣ 36 ਸਾਲਾਂ ਤੋਂ? ਕੀ ਪਤਾ ਭਾਈ ਕਿਵੇਂ ਲੱਗਣ ਲੱਗ ਗਏ ਹੁਣ ਸਾਨੂੰ, ਘਰੇ ਬੈਠਿਆਂ ਨੂੰ, ਜਿਵੇਂ ਤਾਂ ਕਿਤੇ ਬਾਹਰ ਅੰਦਰ ਨਹੀਂ ਗਈ। ਕਿਉਂਕਿ ਇਹ ਤਾਂ ਹਰ ਵਾਰ ਕਹਿੰਦੇ ਆ ਜੀ, ਸਾਲ ਬਾਅਦ ਜਦੋਂ ਵੀ ਇਹ ਸਾਲ ਆਉਂਦਾ, ਇਹ ਜੂਨ ਦਾ ਮਹੀਨਾ ਆਉਂਦਾ, ਉਦੋਂ ਕਹਿਣਾ ਸ਼ੁਰੂ ਕਰ ਦਿੰਦੇ ਆ ਜੀ ਅਸੀਂ ਇਹ ਕਰਾਂਗੇ ਇਹ ਕਰ ਰਹੇ ਹਾਂ ਜੀ। ਕਰਿਆ ਭਾਈ ਅੱਜ ਅੱਗੇ ਉਹਨੂੰ ਵੀ ਪੁੱਛ ਲਓ, ਭਾਵੇਂ ਅੱਗੇ ਵੀ ਤਾਂ ਸਾਰੀਆਂ ਗੱਲਾਂ ਦੱਸੀਆਂ ਤੁਹਾਨੂੰ, ਕਿਸੇ ਨੇ ਸਾਡਾ ਕੁਛ ਨਹੀਂ ਕਰਿਆ। ਆਉਂਦੇ ਬਥੇਰੇ ਆ, ਚਾਰ ਚਾਰ ਪੰਜ ਪੰਜ ਐਂਟ ਬਣ ਕੇ ਟੋਲੀਆਂ ਆਉਂਦੀਆਂ ਨੇ, ਗੁੱਸਾ ਚੜ੍ਹਦਾ ਜੱਗੇ ਦੀ ਆਖ, ਫਿਰ ਵੀ ਦੁਖੀ ਕਰਦੇ ਨੇ ਆ। ਮਨ ਪਤਾ ਕਿੰਨਾ ਔਖਾ ਹੁੰਦਾ ਵੀਰਾ, ਜੇ ਤੁਸੀਂ ਆਇਆ ਆ ਕੇ ਪੁੱਛਦੇ ਹੋ, ਨਾ ਹੀ ਦੱਸੀਆਂ ਜਾਂਦੀਆਂ ਨੇ, ਨਾ ਹੀ ਯਾਦ ਹੈ ਵੀਰਾ। ਮੇਰੇ ਤਾਂ ਵੀਰਾ ਯਾਦ ਜਮ੍ਹਾਂ ਨਹੀਂ ਹੈਗੀਆਂ ਗੱਲਾਂ ਉੱਥੇ ਦੀਆਂ। ਉਹ ਦੁਖਾਂਤ ਨੂੰ, ਕਿਉਂਕਿ ਇੱਕੋ ਚੀਜ਼ ਨੂੰ ਵਾਰ ਵਾਰ ਪੁੱਛਣਾ ਤਾਂ ਇਹਨਾਂ ਦੇ ਜੋ ਜ਼ਖਮ ਨੇ ਉਹ ਹਰੇ ਹੋ ਜਾਂਦੇ ਆ। ਪਰ ਅਸੀਂ ਇਸ ਕਰਕੇ ਨਹੀਂ ਵੀ ਅਸੀਂ ਸਿਰਫ TRP ਲਈ, ਅਸੀਂ ਚਾਹੁੰਦੇ ਹਾਂ ਵੀ ਜਿਹੜੇ ਲੀਡਰ ਬਿਆਨ ਦਿੰਦੇ ਨੇ ਅਤੇ ਅਸਲੀਅਤ ਕੀ ਹੈ ਉਹ ਤੁਹਾਨੂੰ ਦਿਖਾਈ ਜਾਵੇ, ਕਿ ਆਪਸ ਲੀਡਰਾਂ ਦੀਆਂ ਗੱਲਾਂ ਦਾ ਅਤੇ ਪੀੜਤ ਪਰਿਵਾਰਾਂ ਦੀਆਂ ਗੱਲਾਂ ਦਾ ਆਪਸ ਦੇ ਵਿੱਚ ਕੋਈ ਮੇਲ ਹੈ, ਕਿ ਜੋ ਕਹਿੰਦੇ ਨੇ ਕਿ ਇਹ ਹਾਮੀ ਭਰਦੇ ਨੇ ਵੀ ਹਾਂਜੀ, ਇੱਕ ਕਹਿ ਰਹੇ ਨੇ ਵੀ ਅਸੀਂ ਇਹ ਮਦਦ ਦੇ ਤੀ, ਕਿ ਇਹ ਕਹਿ ਰਹੇ ਨੇ ਵੀ ਹਾਂਜੀ ਸਾਨੂੰ ਕੁਛ ਨਾ ਕੁਛ ਮਦਦ ਮਿਲੀ ਜਾਂ ਨਹੀਂ, ਉਹ ਚੀਜ਼ਾਂ ਨੂੰ ਕੰਪੇਅਰ ਕਰਨ ਦੇ ਲਈ ਅਸੀਂ ਇਹਨਾਂ ਤੱਕ ਪਹੁੰਚਦੇ ਹਾਂ। ਪਰ ਇਹਨਾਂ ਦੇ ਜ਼ਖਮ ਹਰੇ ਹੋ ਜਾਂਦੇ ਨੇ, ਉਹ ਦਰਦ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੋਣੇ ਵੀ ਇੱਥੇ ਤਾਂ ਜੀ ਰੋਜ਼ ਚੈਨਲ ਵਾਲੇ ਆਈ ਜਾਂਦੇ ਆ ਜੂਨ ਦੇ ਮਹੀਨੇ 'ਚ, ਕਹਿੰਦੇ ਆ ਜੀ, ਕਹਿੰਦੇ ਨੇ ਵੀ ਹਾਂ ਪੈਸੇ ਦੇ ਕੇ ਜਾਂਦੇ ਆ। ਸੋ ਮੈਂ ਉਹਨਾਂ ਲੋਕਾਂ ਨੂੰ ਕਹਿ ਦਿਆਂ ਵੀ ਇਹ ਕਿਸੇ ਦੇ ਦੁੱਖ ਦਾ ਮਜ਼ਾਕ ਨਹੀਂ ਕਰੀਦਾ ਹੁੰਦਾ, ਅਤੇ ਪੈਸੇ ਦੇ ਨਾਲ ਹਰੇਕ ਚੀਜ਼ ਨੂੰ ਨਹੀਂ ਕੰਪੇਅਰ ਕਰੀ ਜਾਂਦੀ। ਅਤੇ ਮਾਤਾ ਜੀ, ਜੇ ਚਲੋ ਚੈਨਲ ਵਾਲੇ ਆ ਕੇ ਤੁਹਾਨੂੰ ਹਾਲਾਂ ਤੱਕ ਕੋਈ ਪੈਸਾ ਨਹੀਂ ਦਿੰਦਾ, ਸਰਕਾਰਾਂ ਵੀ ਦੇ ਦੇਣ, ਚੈਨਲ ਵਾਲੇ ਵੀ ਦੇ ਦੇਣ, ਕੀ ਫਿਰ ਉੱਨੀ ਖੁਸ਼ੀ ਹੋਊਗੀ ਜਿਹੜੇ ਪਰਿਵਾਰਕ ਮੈਂਬਰ ਗਏ ਆ ਜੀ? ਹਾਂ, ਫਿਰ ਬੰਦੇ ਤਾਂ ਵੀਰਾ ਕਿਤੋਂ ਬਣਦੇ ਨਹੀਂ। ਹਾਂ, ਪੈਸਿਆਂ ਮਤਲਬ ਭੁੱਖ 'ਤੇ ਕੱਟ ਲਾਂਗੇ, ਖਿਆਈ ਕੱਟ ਲਾਂਗੇ, ਜਿਹੜੀਆਂ ਖਿਆਈਆਂ ਮਾਏ ਕੱਟਦੀਆਂ 37 ਸਾਲਾਂ ਦੀਆਂ, ਉਹ ਤਾਂ ਨਹੀਂ ਕਿਸੇ ਦੇ ਜ਼ਿਆਦਾ ਵੀ ਕਿਵੇਂ ਕੱਟਦੀ ਆ। ਆਪਸ ਮੁੰਡੇ ਨੂੰ ਮੈਂ ਕਿਵੇਂ ਵੇਲੇ ਪੂਰੇ ਕਰੇ ਨੇ, ਇਹ ਤਾਂ ਕੋਲ ਹੀ ਗਏ ਨੇ, ਹੁਣ ਵੀ ਕੋਲ ਹੀ, ਹੁਣ ਕਿਹੜਾ ਦੂਰ ਅਸੀਂ ਸਕੇ ਹਾਂ ਆਪਸ ਵਿੱਚ ਹੀ। ਵੀ ਜਿਹੜੇ ਟਾਈਮ ਮਾਏ ਕੱਢਦੀਆਂ ਵੀਰਾ, ਮੇਰੀ ਵੱਡੀ ਕੁੜੀ ਸੀ ਜਿਹੜੀ, ਅਸੀਂ ਕਿੱਡੀ ਕਿੱਡੀ ਦੂਰੋਂ ਹਰੇ ਲਿਆਉਂਦੀਆਂ, ਮਸ਼ੀਨਾਂ ਫੇਰਦੀਆਂ, ਮੈਂ ਸਰਾ ਕਰਦੀਆਂ, ਟਾਈਮ ਪਾਸ ਕਰਦੀਆਂ, ਹੁਣ ਮੈਂ ਇਸ ਵੀ 2 ਸਾਲਾਂ ਦੀ ਵੇਚਤੀ। ਉਦੋਂ ਕਿੰਨੀ ਉਮਰ ਸੀ ਮਾਤਾ ਜੀ ਤੁਹਾਡੀ? ਉਮਰ ਦਾ ਨਹੀਂ ਵੀਰਾ ਮੈਨੂੰ ਪਤਾ ਮੇਰੀ ਕਿੰਨੀ ਸੀ ਉਦੋਂ। ਹੁਣ ਕਿੰਨੀ ਕੁ ਹੋਗੀ ਜੀ? 70-75 ਸਾਲ ਦੀ ਆ ਹੁਣ ਤਾਂ ਕਹਿੰਦੇ। ਹਾਂ ਹਾਂ, ਹੈਗੀ ਆ, ਮਾਸੀ ਦਾ ਮੁੰਡਾ ਮੇਰੀ ਜ਼ਿਆਦਾ ਸੀ ਭਾਈ, ਮੈਨੂੰ ਆਪ ਨਹੀਂ ਪਤਾ। ਉਦੋਂ ਤਾਂ ਫਿਰ 40 ਕੁ ਸਾਲਾਂ ਦੇ ਸੀਗੇ ਤੁਸੀਂ? ਹਾਂ, ਮੇਰਾ ਕਿਹੜੇ ਦਿਨ ਹੋ ਗਏ ਵੀਰਾ ਮੈਨੂੰ ਭਗਤ ਕੱਢਦੀ ਨੂੰ। ਬਹੁਤ ਔਖਾ ਹੈ ਤੇ ਭਾਈਆਂ ਦੇ ਸਿਰ 'ਤੇ ਕੱਟਿਆ ਮੈਂ। ਨਹੀਂ ਮਾਤਾ, ਤੁਸੀਂ ਨਹੀਂ, ਦਿਲ ਨਾ ਹੌਲਾ ਕਰਿਆ ਕਰੋ, ਠੀਕ ਹੈ। ਉਹ ਜੋ ਤੁਸੀਂ ਪਤਾ ਲੱਗਦਾ ਕਹਿੰਦੇ ਦਰਬਾਰ ਸਾਹਿਬ ਵੀ ਜਾਂਦੇ ਨਹੀਂ ਤੁਸੀਂ ਜੀ? ਗੁਰਦੁਆਰੇ ਜਾਈ ਸੀ ਜਦੋਂ ਡਿੱਗ ਪਈ ਹੱਥ। ਅੱਛਾ, ਗੁਰਦੁਆਰੇ ਵਗ ਜਾਂਦੀ ਸੀ, ਦਰਬਾਰ ਸਾਹਿਬ ਨਹੀਂ ਜਾਂਦੇ ਤੁਸੀਂ? ਨਾ, ਇੱਥੇ ਉੱਥੇ ਜਿੱਥੇ ਮੁੱਕੇ ਨੇ। ਹਾਂਜੀ, ਆਏ ਮੈਂ ਨਾਮ ਨਹੀਂ ਲੈਂਦੀ। ਕਾਰਨ ਕੀ? ਮੈਂ ਨਾਮ ਨਹੀਂ ਲੈਂਦੀ ਉਹਦਾ, ਉਸ ਮੁੰਡਾ ਉਹਦਾ, ਤੂੰ ਸਾਡੇ ਨਾਲ ਚੱਲੀਆਂ ਦੇਖ ਜਗ੍ਹਾ, ਪੈਸੇ ਦੇ ਨੂੰ ਕਿਰਾਏ ਪਾੜੇ, ਮੈਂ ਜਾਂਦੀ। ਇਹ ਰੱਬ ਨੂੰ ਰੋਸ, ਰੱਬ ਕਰਕੇ ਜਾਂ ਫਿਰ ਉੱਥੇ ਉਹ ਹਾਲਾਤ? ਜਦੋਂ ਮੇਰਾ ਸਾਰਾ ਟੱਬਰ ਉੱਥੇ ਰਹਿ ਗਿਆ, ਮੈਨੂੰ ਚੰਗਾ ਨਹੀਂ ਲੱਗਦਾ। ਚੰਗਾ ਨਹੀਂ ਲੱਗਦਾ ਮੈਨੂੰ, ਚੰਗਾ ਨਹੀਂ ਲੱਗਦਾ, ਮੈਂ ਤਾਂ ਨਾਂ ਨਹੀਂ ਲੈਂਦੀ ਉਹਦਾ। ਨਹੀਂ ਨਾ ਤਾਂ ਮੈਂ ਤਾਂ ਐਵੇਂ ਆ, ਚਲੋ ਉਹ ਦੁੱਖ ਹੈ, ਪਰ ਦੇਖੋ ਸਾਡੇ ਗੁਰੂ ਸਾਹਿਬਾਨਾਂ ਨੇ ਵੱਡੇ ਵੱਡੇ ਜਿਹੜੇ ਹੈਗੇ ਸ਼ਹਾਦਤਾਂ ਜੀ, ਉਹਨਾਂ ਦੇ ਪੁੱਤ ਵੀ ਚਲੇ ਗਏ ਸਾਡੇ ਗੁਰੂ ਸਾਹਿਬ ਦੇ ਜੀ, ਚਾਰੋਂ ਪੁੱਤ ਸ਼ਹੀਦ। ਬੜੇ ਬੜੇ ਦੁੱਖ ਤਾਂ ਬਹੁਤ ਆ ਵੀਰਾ, ਪੁੱਤਾਂ ਧੀਆਂ ਦਾ ਦੁੱਖ ਬਹੁਤ ਆ। ਮੇਰੀ ਇੱਕੋ ਹੀ ਜਵਾਕ ਸੀ, ਉਹ ਮਤਲਬ ਮੇਰੇ ਜਵਾਕ ਹੀ 3 ਮੁੰਡੇ ਆਉਂਦੇ, ਜਿਹੜਾ ਮੇਰੇ ਸਿਰ 'ਤੇ ਬੇਲਾਉਣਾ, ਮੈਂ ਕਿਵੇਂ ਕੱਟੂੰਗਾ, ਕਿੱਥੇ ਪੁੱਤ ਨਾਲ ਵੀ ਘਰੇ ਕੱਟਦੀਆਂ, ਕਹਾਂ ਮੈਂ ਧੀਆਂ ਕੋਲ ਰੁਲੂੰਗੀ, ਕਿੱਥੇ ਰੁਲੂੰਗੀ।
ਮਾਤਾ ਜੀ ਜਦੋਂ ਗਏ ਹੋਣੇ ਟਰੱਕ 'ਚ ਬਹੁਤ ਵਧੀਆ, ਮਤਲਬ ਕਿ ਖੁਸ਼ੀ ਖੁਸ਼ੀ ਗੱਲਾਂ ਕਰਦੇ ਗਏ ਹੋਣੇ, ਫਿਰ ਹੱਸਦੇ ਖੇਡਦੇ ਗਏ, ਕੀ ਪਤਾ ਸੀ ਵੀ ਸਾਡੇ ਨਾਲ ਆਏ ਹੋਊਗੀ, ਤੜਕੇ ਮੁੰਡੇ ਆਵਾਂਗੇ, ਵੱਡੀ ਕੁੜੀ ਨੂੰ ਘਰੇ ਛੱਡ ਗਏ, ਇੱਥੇ ਆਪਦੀ ਚਾਚੀ ਕੋਲ ਛੱਡ ਗਿਆ, ਕਹਿੰਦਾ ਸੀ ਤੜਕੇ ਮੁੰਡੇ ਆਵਾਂਗੇ, ਤੜਕਾ ਅੱਜ ਆਉਂਦਾ। ਕਿੰਨੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਜੀ ਉੱਥੇ ਮਾਰੇ ਜਾਂਦੇ ਨੇ ਜੀ? ਅੱਠ ਜੀ ਜੰਮਦੇ ਸਾਡੇ। ਅੱਠ ਜੀ ਜੀ, ਕੌਣ ਕੌਣ ਸੀਗੇ ਜੀ? ਅੱਧਾ ਚਾਰ ਤਾਂ ਮੇਰੇ ਘਰ ਦੇ ਸੀ, ਮੇਰਾ ਪਿਓ, ਭਾਈ, ਅੱਛਾ, ਨਣਦ ਦਾ ਮੁੰਡਾ, ਇੱਕ ਮਾਮਾ, ਅੱਠ ਜਣੇ ਸੀ। ਅਤੇ ਇਹਨਾਂ ਦੀਆਂ ਫਿਰ ਲਾਸ਼ਾਂ ਦਿੱਤੀਆਂ ਜੀ ਉਹਨਾਂ ਨੇ? ਦਿਖਾਏ ਵੀ ਨਹੀਂ ਗੇ ਵੀ ਕਿਵੇਂ ਹੈਗੇ ਕਿਵੇਂ ਨਾ, ਦੋਤਾ ਦੇਖਿਆ ਸੀ। ਅੱਛਾ ਜੀ। ਦੋਤਾ ਦੇਖਿਆ ਫਿਰ ਐਂ ਹੋ ਗਿਆ ਵੀ ਸਾਰੀ ਮਾਰਤੀ, ਜਾਂ ਘਰਦਿਆਂ ਦੀ ਬਾਂਹ ਦੀ ਸੀ ਸੱਜੀ, ਕੁਛ ਨਹੀਂ ਦਿਆ, ਜਵਾਕ ਨਹੀਂ ਦਿਸੇ, ਮੇਰਾ ਪਿਓ, ਭਾਈ ਨਹੀਂ ਦਿਸਿਆ, ਮਾਮਾ ਨਹੀਂ ਦਿਸਿਆ, ਦੋਤਾ ਦਿਸਿਆ ਸੀ ਸਾਰਾ ਮੂਹਰੇ ਪਿਆ ਜਮਾਂ ਬਾਹਰ 'ਚ। ਉਹ ਯਾਦ ਆ ਵੀਰਾ ਮੇਰੇ ਇੰਨੇ ਕੋਲ, ਪਲ ਪਲ ਔਖਾ ਮਰ ਮਰ ਕੇ ਕੱਢਣਾ ਪੈ ਰਿਹਾ ਮਾਤਾ ਹਰਬੰਸ ਕੌਰ ਜੀ ਨੂੰ। ਇਹ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ, ਕੈਮਰੇ ਦੇ ਉੱਤੇ ਮੈਂ ਬੋਲਦਾ ਗਾ ਬਹੁਤ ਸੌਖਾ ਬੋਲਣਾ, ਪਰ ਜੋ ਹੰਢਾ ਰਹੇ ਨੇ ਉਹ ਦੁੱਖ ਉਹੀ ਜਾਣਦੇ ਨੇ। ਇਹਨਾਂ ਦਾ ਜੇ ਕਾਲਜਾ ਮੈਂ ਕਹਿੰਦਾ ਸੀਨਾ ਪਾੜ ਕੇ ਵੇਖਿਆ ਜਾਵੇ ਤਾਂ ਪਤਾ ਲੱਗੂ, ਜੇ ਕੋਈ ਅੰਦਰ ਝਾਤੀ ਮਾਰੇ ਪਾੜਨ ਦਾ ਮਤਲਬ ਇਹ ਨਹੀਂ ਵੀ ਆਪਾਂ ਚਾਕੂ ਛੁਰੀਆਂ, ਜੇ ਕਿਸੇ ਕੋਈ ਦੁੱਖ ਜਾਣੇ ਕੋਈ ਇਹਨਾਂ ਦਾ ਤਾਂ ਉਹ ਦੁਖਾਂਤ ਬਹੁਤ ਵੱਡਾ। ਔਰ ਮਾਤਾ ਜੀ ਆਪਣੇ ਬੇਟੀ ਦੇ ਨਾਲ ਰਹਿੰਦੇ ਹੋ ਤੁਸੀਂ ਇੱਥੇ, ਇੱਕ ਇਕੱਲੇ ਰਹਿੰਦੇ ਹੋ? ਹੀ ਰਹਿੰਦੀ ਹੈ, ਦੋ ਧੀ ਰਹਿੰਦੀ ਬਈ, ਵੱਡੀ ਕੁੜੀ ਦੀ ਕੁੜੀ, ਇਹ ਤਾਂ ਸੱਟ ਵੱਜੀ ਕਰਕੇ ਆਈ, ਉਹ ਕੁੜੀ ਦੇ ਵੀ ਸੱਟ ਵੱਜੀ, ਪ੍ਰਿਸ ਲੱਗ ਗਈ ਇਹਦੇ ਮਣ ਕੇ ਬਹਿ ਗਏ ਤਿੰਨ, ਮੈਂ ਮਾਸ ਪਾੜ ਕੇ ਉਹਨਾਂ ਦੇ ਪਿੰਡ ਗਈ ਵੀ ਆ। ਰੋਵੋ ਨਾ ਮਾਤਾ ਜੀ, ਤੁਸੀਂ ਤੁਸੀਂ ਦਿਲ ਨਾ ਛੋਟਾ ਕਰਿਆ ਕਰੋ, ਉਹ ਜੋ ਦੁਖਾਂਤ ਹੋਇਆ ਜੀ ਉਹ ਕੁਛ ਨਹੀਂ ਦੇਖਿਆ, ਨਾ ਪਿਓ ਨਾ ਭਾਈ ਨਾ ਭੈਣ ਭਾਈ ਕੋਈ ਨਹੀਂ ਦੇਖਿਆ, ਇਹਨੂੰ ਇੰਨਾ ਬਰਾ ਕਿਵੇਂ ਦਿੰਦੇ ਭੈਣ ਭਾਈ, ਇੱਕ ਭੈਣ ਆਈ ਬਸ ਵੱਡੀ ਕੁੜੀ ਆ ਜਿਹੜੀ। ਜੇ ਇਹ ਅਚਨਚੇਤ ਵਾਪਰਿਆ ਹੁੰਦਾ ਤਾਂ ਅਸੀਂ ਕਹਿੰਦੇ ਵੀ ਰੱਬ ਦੇ ਭਾਣੇ 'ਚ ਹੋ ਗਿਆ, ਪਰ ਇੱਕ ਸਾਜਿਸ਼ ਦੇ ਤਹਿਤ ਜਿਵੇਂ ਗੱਲਾਂ ਹੁੰਦੀਆਂ ਨੇ ਵੀ ਰੋਕੇ ਵੀ ਨਹੀਂ, ਕਿਉਂਕਿ ਜੇ ਜਦੋਂ ਪਤਾ ਵੀ 3 ਤਰੀਕ ਨੂੰ ਤੁਸੀਂ ਜਾਂਦੇ ਹੋ, 1 ਤਰੀਕ ਤੋਂ ਗੋਲੀਬਾਰੀ ਸ਼ੁਰੂ ਹੋਈ ਵੀ, ਤਾਂ ਸਰਕਾਰਾਂ ਦਾ ਫਰਜ਼ ਬਣਦਾ ਸੀ ਵੀ ਭਾਈ ਉੱਥੇ ਗੋਲੀਬਾਰੀ ਹੋਈ ਵੀ ਆ, ਰਸਤੇ 'ਚ ਰੋਕ ਦੀ ਫੌਜ, ਰੋਕੇ ਨਹੀਂ ਜੀ ਉਹਨਾਂ ਨੇ? ਪਤਾ ਨਹੀਂ ਭਾਈ ਰੋਕਿਆ ਕਿ ਨਾ ਰੋਕਿਆ, ਅੱਗੇ ਉਹਨਾਂ ਨੂੰ ਪਤਾ, ਮੈਨੂੰ ਨਹੀਂ ਪਤਾ। ਉਮਰ ਵੀ ਮਾਤਾ ਜੀ ਦੀ ਵਾਲੀ ਹੋ ਗਈ ਹੈ, ਭੈਣ ਜੀ ਬੈਠੇ ਨੇ ਮਾਤਾ ਜੀ ਅਤੇ ਬੇਟੀ, ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਉਦੋਂ ਨਾਲ ਸੀਗੇ ਜੀ? ਹਾਂਜੀ। ਕੀ ਨਾਮ ਤੁਹਾਡਾ ਜੀ? ਗੁਰਜੀਤ ਕੌਰ। ਗੁਰਜੀਤ ਕੌਰ, ਕਿੰਨੀ ਉਮਰ ਸੀ ਜੀ ਤੁਹਾਡੀ ਉਦੋਂ? 1.5 ਸਾਲ ਦੀ ਜੀ। ਮਾਤਾ ਜੀ ਦੀ ਗੋਦੀ ਦੇ ਵਿੱਚ ਸੀਗੇ ਤੁਸੀਂ? ਹਾਂਜੀ। ਅੱਜ ਪਤਾ ਲੱਗਦਾ ਹੈ ਵੀ ਸਾਡੇ ਇਹ ਚਲੇ ਗਏ ਤਾਂ, ਮਤਲਬ ਕਿ ਜਦੋਂ ਉਹਦੀ ਸੋਝੀ ਸਾਂਭੀ ਆ ਉਦੋਂ ਤੋਂ ਤਾਂ ਫਿਰ ਦੁੱਖਾਂ ਨਾਲ ਜ਼ਿੰਦਗੀ ਸ਼ੁਰੂ ਹੋ ਗਈ ਜੀ। ਹਾਂਜੀ। ਰੋਵੋ ਨਾ ਭੈਣ, ਰੋਵੋ ਨਾ ਤੁਸੀਂ। ਇਹਨਾਂ ਦੇ ਜੋ ਕੀ ਕਹੀਏ ਹੁਣ, ਇਹਨਾਂ ਦੇ ਜੋ ਦੁੱਖ ਨੇ, ਮੈਂ ਇਹ ਸਮਝਦੇ ਆਪਾਂ ਵੀ ਯਾਰ ਸਰਕਾਰਾਂ ਹਰ ਵਾਰ ਕਹਿੰਦੀਆਂ ਵੀ ਅਸੀਂ ਇਹ ਕਰਾਂਗੇ ਉਹ ਕਰਾਂਗੇ, ਲੋਕਾਂ ਦੇ ਸੇਵਾ ਦਾ ਜ਼ਿੰਮੇਵਾਰੀ ਦਾ ਉਹ ਠੇਕਾ ਲੈਂਦੇ ਨੇ ਵੀ ਅਸੀਂ ਸੇਵਾ ਕਰਾਂਗੇ, ਅਤੇ ਪਰ ਇਹ ਕਾਗਜ਼ੀ ਬਿਆਨ ਨੇ, ਕਿਉਂਕਿ ਇਹ ਰੋ ਰਹੇ ਨੇ ਅਤੇ ਸਾਡੇ ਭੈਣ ਭਰਾ ਵੀ ਅਸੀਂ ਮੰਨਦੇ ਹਾਂ, ਅਸੀਂ ਮਾਤਾ ਮੰਨਦੇ ਹਾਂ, ਅਤੇ ਸਾਡੇ ਦਿਲਾਂ ਦੇ ਉੱਤੇ ਕੋਈ ਵੀ ਗੱਲ ਨਾ ਪਹੁੰਚੇ, ਅਤੇ ਇਹ ਤਾਂ ਫਿਰ ਸਿਰਫ ਕਾਗਜ਼ੀ ਗੱਲਾਂ ਨੇ। ਹੁਣ ਤੱਕ ਕਿਸੇ ਤਰ੍ਹਾਂ ਦੀ ਮਦਦ ਮਿਲੀ ਤੁਹਾਨੂੰ? ਨਹੀਂ। ਕੋਸ਼ਿਸ਼ ਕੀਤੀ ਹੈ ਕਿਸੇ ਤੱਕ ਪਹੁੰਚ ਕਰਨ ਦੀ ਜੀ? ਨਹੀਂ, ਬਸ ਅਸੀਂ ਆਉਂਦੇ ਹਾਂ ਵੀਰੇ, ਘਰੇ ਕਿਸੇ ਨੇ ਕੁਛ ਨਹੀਂ ਕੀਤਾ ਅਜੇ ਤੱਕ ਤਾਂ। ਤੁਸੀਂ ਆਉਂਦੇ ਇੱਥੇ? ਹਾਂ ਅਸੀਂ ਆਉਂਦੇ ਹਾਂ, ਇੰਟਰਵਿਊ ਲੈਣ ਇਕੱਲੀ। ਅੱਛਾ। ਅਤੇ ਜਿਹੜੇ ਮਤਲਬ ਕਿ ਲੀਡਰ ਵਗੈਰਾ ਵੀ ਆਉਂਦੇ ਤੁਹਾਡੇ ਘਰਾਂ 'ਚ? ਨਹੀਂ, ਸਾਡੇ ਨਹੀਂ ਕੋਈ ਆਇਆ ਹੈ ਜੀ। ਅੱਛਾ ਜੀ। ਤੁਸੀਂ ਕਦੇ ਦਰਬਾਰ ਸਾਹਿਬ ਗਏ ਹੋਵੋ ਕੋਈ ਮਦਦ ਦੇ ਲਈ ਵੀ ਸਾਡੇ ਇਹ ਵਾਪਰਿਆ ਕੁਝ? ਨਹੀਂ, ਅਸੀਂ ਐਂ ਗਏ ਨਹੀਂ ਕਦੀ ਵੀਰੇ ਉੱਥੇ। ਗੱਲਾਂ ਬਹੁਤ ਨੇ ਪਰ ਮਾਤਾ ਜੀ ਉਸ ਸਥਿਤੀ 'ਚ ਨਹੀਂ ਨੇ, ਭੈਣ ਵੀ ਸਾਡੇ ਜਿਹੜੇ ਹੈਗੇ ਆ, ਮੈਂ ਹੋਰ ਇਹਨਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ, ਬਸ ਸਿਰਫ ਗਵਾਹ ਦੇ ਤੌਰ 'ਤੇ ਉਹ ਇਹਨਾਂ ਲੋਕਾਂ ਨਾਲ ਤੁਹਾਨੂੰ ਮਿਲਾਉਣ ਆਇਆ ਸੀ। ਮਾਤਾ ਜੀ ਦੇ 8 ਮੈਂਬਰ ਦੀ ਮੌਤ ਹੁੰਦੀ ਹੈ ਜੀ? 8 ਜਣੇ ਜੀ, 4 ਆਪਣੇ ਪਰਿਵਾਰ ਦੇ ਜੀ, 4 ਮਾਤਾ ਜੀ। ਹਾਂਜੀ। ਸੋ ਉਸ ਤੋਂ ਬਾਅਦ ਫਿਰ ਤੁਸੀਂ, ਤੁਹਾਨੂੰ ਫਿਰ ਮਾਤਾ ਜੀ ਨੇ ਐਵੇਂ ਪਾਲਿਆ ਜੀ? ਹਾਂਜੀ। ਅਤੇ ਕਿੰਨੇ ਜੀ ਬੱਚਦੇ ਨੇ ਜੀ ਪਿੱਛੇ?
ਦੋ ਭੈਣਾਂ ਸੀ ਜੀ। ਅੱਛਾ, ਬਹੁਤ ਔਖਾ, ਬਹੁਤ ਧੰਨ ਹੈ ਜੀ ਫਿਰ ਮਾਂ ਤੁਹਾਡੇ, ਹੈ ਨਾ ਜੀ, ਮੰਨਦੇ ਹੋ? ਹਾਂਜੀ। ਵਿਆਹ ਕਿੱਥੇ ਹੋਇਆ ਜੀ ਤੁਹਾਡਾ? ਕਾਲੇ ਕੀ। ਠੀਕ ਹੈ ਜੀ, ਤੁਸੀਂ ਸਾਰੇ ਪਰਿਵਾਰ ਠੀਕ ਹੈ ਉੱਥੇ? ਠੀਕ ਆ ਜੀ, ਬਸ। ਕਿਸੇ ਤਰ੍ਹਾਂ ਦੀ ਕੋਈ ਤੰਗੀ ਪੇਸ਼ੀ ਤਾਂ ਨਹੀਂ ਹੈਗੀ? ਨਹੀਂ ਜੀ। ਸੋ ਬਹੁਤ ਔਖਾ ਹੈ ਦੋਸਤੋ ਬਿਆਨ ਕਰਨਾ, ਇਹਨਾਂ ਤੋਂ ਸਵਾਲ ਪੁੱਛਣੇ ਬਹੁਤ ਔਖੇ ਨੇ। ਇਹਨਾਂ ਦੇ ਜ਼ਖਮਾਂ ਨੂੰ ਹਰੇ ਕਰਨ ਦਾ ਮਤਲਬ ਕਿਸੇ ਜ਼ਖਮ ਦੇ ਉੱਤੇ ਲੱਗੇ ਟਾਂਕਿਆਂ ਨੂੰ ਖੋਲ੍ਹ ਦੇਣ ਦੇ ਬਰਾਬਰ ਹੈ, ਅਤੇ ਪਾਪ ਨਹੀਂ ਕਰ ਸਕਦੇ। ਉਹ ਦੁਖਾਂਤ ਜਦੋਂ ਉਹ ਸੀਨ ਅੱਖਾਂ ਮੂਹਰੇ ਆਉਂਦਾ ਹੈ ਤਾਂ ਸੱਚਮੁੱਚ ਰੂਹ ਕੰਬ ਜਾਂਦੀ ਹੈ। ਅਤੇ ਇਹ ਮਾਤਾ ਜੀ ਬਹੁਤ, ਜਿੱਥੇ ਵੱਡਾ ਦੁੱਖ ਇਹਨਾਂ ਨੇ ਝੱਲਿਆ ਤਾਂ ਉੱਥੇ ਅਸੀਂ, ਮੈਂ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਮੰਨਦਾ, ਅਤੇ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਅਤੇ ਉਹ ਜੋ ਹਾਲਾਤਾਂ ਨੂੰ ਵੇਖ ਕੇ ਢਹਿੰਦੀ ਕਲਾ 'ਚ ਚਲੇ ਜਾਂਦੇ ਨੇ ਤਾਂ ਪਰਮਾਤਮਾ ਆਪ ਇਹਨਾਂ ਨੂੰ, ਇਸ ਪਰਿਵਾਰ ਨੂੰ ਵੀ ਹੌਸਲਾ ਹਿੰਮਤ ਬਖਸ਼ੇ ਕਿ ਉਸ ਸਮਾਂ ਜਿਹੜਾ ਆਇਆ, ਕਿਉਂਕਿ ਇਹ ਜੀਵਨ ਹੈ, ਅਸੀਂ ਉਸ ਸਥਿਤੀ 'ਚ ਨਹੀਂ ਹੁੰਦੇ ਵੀ ਆਪਾਂ ਬਹੁਤ ਬਹਾਦਰ ਹੋ ਜਾਈਏ, ਵੀ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਸੋ ਉਹ ਅਰਦਾਸ ਕਰਦੇ ਹਾਂ ਵੀ ਇਸ ਪਰਿਵਾਰ ਦੇ ਉੱਤੇ ਉਹ ਕਿਰਪਾ ਹੋਵੇ, ਮਾਲਕ ਕਿਰਪਾ ਕਰੇ। ਅਤੇ ਮਾਤਾ ਜੀ ਮੈਂ ਤੁਹਾਨੂੰ ਆਪਣੇ ਵੱਲੋਂ ਬਹੁਤ ਨਹੀਂ ਆ, ਪਰ ਮੈਂ 5000 ਰੁਪਏ ਦੀ ਮਦਦ ਦੇਣੀ ਚਾਹੁੰਦਾ ਜੀ, ਅਤੇ ਉਹ ਦੇ ਕੇ ਜਾਂਦਾ। ਅਤੇ ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੀ ਕਿਸੇ ਤਰ੍ਹਾਂ ਦੀ ਹੈਲਪ ਹੋਵੇ ਤਾਂ ਸਰਕਾਰਾਂ ਤੋਂ ਕੀ ਮਦਦ ਮੰਗਦੇ ਹੋ ਉਹ ਤੁਸੀਂ ਮੈਨੂੰ ਦੱਸੋ ਜੀ। ਅਸੀਂ ਤਾਂ ਹੁਣ ਭਾਈ ਕੀ ਆ ਸਕਦੇ, ਜਿਹੜਾ ਕੁਛ ਦੇਣਗੇ ਲੈ ਲਾਂਗੇ ਕੋਈ ਚੀਜ਼ ਤੋਂ। ਸਰਟੀਫਿਕੇਟ ਚਾਹੁੰਦੇ ਹੋ ਤੁਸੀਂ ਵੀ? ਹਾਂ, ਉਹ ਵੀ ਸਾਨੂੰ ਚਾਹੀਦਾ ਜ਼ਰੂਰੀ ਚਾਰਾਂ ਦਾ। ਅਤੇ ਜਿਹੜੇ ਜੀ, ਅੱਛਾ, ਉਹਨਾਂ ਦਾ ਮਿਲਿਆ ਨਹੀਂ ਆ? ਨਾ। ਤਾਂ ਜ਼ਰੂਰ ਜੀ, ਇਹ ਅਪੀਲ ਪਹਿਲ ਦੇ ਆਧਾਰ 'ਤੇ ਹੀ ਆ ਵੀ ਇਹਨਾਂ ਨੂੰ ਇੱਕ ਤਾਂ ਜੀ ਸਰਟੀਫਿਕੇਟ ਚਾਹੁੰਦੇ ਨੇ ਜਿੰਨੇ ਵੀ ਪਰਿਵਾਰ ਨੇ ਪੀੜਤ ਨੇ, ਵੀ ਤਾਂ ਕਿ ਇੱਕ ਗਵਾਹ, ਇੱਕ ਸਬੂਤ ਰਹਿ ਜਾਵੇ। ਉਹ ਸਬੂਤ ਦੇ ਤੌਰ 'ਤੇ ਜ਼ਰੂਰ ਅਸੀਂ ਜਿੱਥੇ ਸਰਕਾਰਾਂ ਨੂੰ ਅਪੀਲ ਕਰਦੇ ਹਾਂ, ਉੱਥੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਵੀ ਕਰਦੇ ਹਾਂ, ਕਿਉਂਕਿ ਉਹਨਾਂ ਨੇ ਰਿਕਾਰਡ ਰੱਖਣ ਦੀ ਗੱਲ ਕੀਤੀ ਹੈ। ਅਤੇ ਰਿਕਾਰਡ ਦੇ ਨਾਲ ਜੇਕਰ ਇਹਨਾਂ ਪਰਿਵਾਰਾਂ ਨੂੰ ਇਹ ਮਿਲ ਜੇ ਤਾਂ ਉਹ ਕੁਛ ਨਾ ਕੁਛ ਰਾਹਤ ਜਾਂ ਕੋਈ ਸਬੂਤ ਛੱਡ ਜੇ ਤਾਂ ਇਹਨਾਂ ਦੇ ਪਰਿਵਾਰਾਂ ਨੂੰ ਕੁਝ ਸੁਖਾਲਾ ਹੋ ਜੂਗਾ। ਅਤੇ ਇਹ ਕਹਿਣਾ ਵੀ ਉਹ ਕਹਿ ਸਕਣਗੇ ਸਰਟੀਫਿਕੇਟ ਦਿਖਾ ਕੇ ਵੀ ਉਹਨਾਂ ਦੇ ਪਰਿਵਾਰ ਦਰਬਾਰ ਸਾਹਿਬ ਗਏ ਸੀ, ਅਤੇ ਉਹ ਉਹਨਾਂ ਦੇ ਕੋਲ ਇੱਕ ਸਬੂਤ ਦੇ ਤੌਰ 'ਤੇ ਰਹੇਗਾ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।